ਅੱਜ ਸਸੀਕਾਲ ਜੀ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਚ ਥੋੜੀ ਜੀ ਜਾਣਕਾਰੀ ਦੇਣੀ ਹੈ ਤੁਹਾਨੂੰ ਮਸ਼ਰੂਮ ਬਾਰੇ ਟੈਂਪਰੇਚਰ ਡਾਊਨ ਹੋ ਗਿਆ ਵਾ ਜਿਹਦੇ ਹਿਸਾਬ ਨਾਲ ਇਸ ਟਾਈਮ ਕਈਆਂ ਚ 8 9 10 ਟੈਂਪਰੇਚਰ ਤੇ ਉਹਦੇ ਚ ਮਸ਼ਰੂਮ ਕਿੱਦਾਂ ਆਏਗੀ ਤੇ ਵੀਡੀਓ ਪੂਰੀ ਵੇਖਿਓ ਜੀ ਵੀਡੀਓ ਚ ਮਸ਼ਰੂਮ ਦੀ ਜਾਣਕਾਰੀ ਦਵਾਂਗੇ ਜ਼ਰੂਰ ਤੁਹਾਨੂੰ ਤੇ ਦਿਖਾਵਾਂਗੇ ਵੀ ਇਹ ਮਸ਼ਰੂਮ ਕਿੱਦਾਂ ਆਏਗੀ ਤੇ ਕਦੋਂ ਤੱਕ ਇਹਦਾ ਸਿਸਟਮ ਹੋਏਗਾ ਤੇ ਕਿਉਂ ਰੁਕੀ ਹੋਈ ਹੈ ਮਸ਼ਰੂਮ ਠੀਕ ਹੈ ਜੀ ਚਲੋ ਆਜੋ ਤੁਹਾਨੂੰ ਦਿਖਾਉਨੇ ਹਾਂ ਹੁਣ ਮਸ਼ਰੂਮ ਦੇ ਅੰਦਰ ਜਾ ਕੇ ਫਾਰਮ ਦੇ ਵਿੱਚ ਇਸ ਟਾਈਮ ਕਿੰਨਾ ਟੈਂਪਰੇਚਰ ਹੈ ਤੇ ਕਿੰਨਾ ਹੈ ਕਿਦੋਂ ਮਸ਼ਰੂਮ ਆਏਗੀ ਕਿ ਕਿਉਂ ਨਹੀਂ ਮਸ਼ਰੂਮ ਆਉਂਦੀ ਕਈਆਂ ਦੇ ਮਸ਼ਰੂਮ ਬਹੁਤ ਘਟ ਗਏ ਠੀਕ ਹੈ ਵੇਖੋ ਜੀ ਇਹ ਤੁਹਾਨੂੰ ਵੇਖ ਸਕਦੇ ਹੋ ਜਿਵੇਂ ਕਿ ਮਸ਼ਰੂਮ ਬਹੁਤ ਰੁਕੀ ਹੋਈ ਆ ਪਿੰਨ ਛੋਟੇ ਪਿੰਨ ਆਣ ਕੇ ਰੁਕ ਗਿਆ ਮਾਲ ਇਹ ਕਿਉਂ ਰੁਕ ਗਿਆ ਮਾਲ ਇਹ ਵੀ ਤੁਹਾਨੂੰ ਦੱਸਦੇ ਆ ਤੇ ਇਹਦੇ ਵਾਸਤੇ ਤੁਹਾਨੂੰ ਵੀਡੀਓ ਪੂਰੀ ਵੇਖਣੀ ਪੈਣੀ ਆ ਤੇ ਜਰੂਰ ਦੱਸਦੇ ਜਿਵੇਂ ਮਾਲ ਹੁਣ ਵੇਖੋ ਇਹਦੇ ਤੇ ਫਲੈਸ਼ ਸਾਰੀ ਇਕੱਲੀ ਆ ਕੇ ਉਸ ਤੋਂ ਬਾਅਦ ਮਾਲ ਰੁਕ ਗਿਆ ਤਕਰੀਬਨ ਜਿਹੜੇ ਨਵੇਂ ਫਲੈਸ਼ ਤੇ ਹੁੰਦੇ ਉਹਨਾਂ ਦਾ ਵੀ ਮਾਲ ਰੁਕਿਆ ਵਾ ਇਹ ਸਿਰਫ ਇਹਦੀ ਇੱਕ ਵਜਾ ਵਾ maal ਰੁਕਣ ਦੀ ਜ਼ਿਆਦਾ ਕਿ ਠੰਡ ਬਹੁਤ ਜ਼ਿਆਦਾ ਪੈਣ ਦੀ ਏ ਠੀਕ ਹੈ ਬਹੁਤ ਜ਼ਿਆਦਾ ਪੈਣ ਦੀ ਏ ਤੇ ਠੰਡ ਦੀ ਵਜ੍ਹਾ ਨਾਲ maal ਰੁਕ ਗਿਆ ਵਾ ਤੇ ਕੁਝ ਧੁੱਪਾਂ ਤਾਂ ਆਪਾਂ ਲੱਗਣਗੀਆਂ ਤੇ maal ਫੇਰ ਚੱਲੇਗਾ ਜ਼ਰੂਰ ਮਗਰ ਇਸ ਟਾਈਮ ਤਾਂ ਦਿਖਾ ਸਕਦਾ ਕੁੱਲ ਗੱਲ ਕਰੀਏ ਕਿ ਇਸ ਟਾਈਮ ਵੇਖੋ ਹੁਣ ਆ ਬੈਗ ਆ ਆ ਸਾਰੇ ਖਾਲੀ ਪਏ ਆ ਇਹ ਨਹੀਂ ਵੀ ਬੈਗ ਖਤਮ ਹੋ ਗਏ ਮੇਰੇ ਨਾਲ ਚ maal ਹੈਗਾ ਮਗਰ ਹਜੇ ਟਾਈਮ ਲੱਗਣਾ ਇਹਦੇ maal ਹੋਣ ਤੇ ਕਿਉਂਕਿ ਥੋੜੀ ਜਿਹੀ ਟੈਂਪਰੇਚਰ ਮੈਂਟੇਨ ਕਰਨਾ ਅਸ ਹੁਣ ਜਿਵੇਂ ਆ ਵੇਖ ਸਕਦੇ ਤੁਸੀਂ ਆ ਟੈਂਪਰੇਚਰ ਵੇਖੋ ਇਹਦੇ ਚ ਠੀਕ ਹੈ ਜੀ ਇਹ ਆ ਵੇਖੋ ਇਸ ਟਾਈਮ ਇਹਦੇ ਚ 12 ਟੈਂਪਰੇਚਰ ਆ ਦੇਣ ਹੁਣ ਦੇਣੇ ਆ ਤੇ 12 ਟੈਂਪਰੇਚਰ ਆ ਤੇ ਰਾਤ ਨੂੰ ਇਹਦੇ ਤੇ 9 ਤੇ 10 ਟੈਂਪਰੇਚਰ ਆ ਜਣਾ ਵਾ ਤੇ ਇਹ ਪਿਨਿੰਗ ਤਾਂ ਖਲੋ ਗਈ ਇਹ ਮੋਕੇ ਤੇ ਆਣ ਕੇ ਵੀ ਟੈਂਪਰੇਚਰ ਜਿੰਨਾ ਚਿਰ ਮੈਂਟੇਨ ਨਹੀਂ ਹੁੰਦਾ ਉਨਾ ਚਿਰ ਪਿਨਿੰਗ ਨਹੀਂ ਬਾਹਰ ਆਏਗੀ ਇਹਨੂੰ ਸਹੀ ਮੈਨੇਜ ਟੈਂਪਰੇਚਰ ਚਾਹੀਦਾ 16 ਤੋਂ 17 ਬੈਗਾਂ ਦੇ ਅੰਦਰ ਵਾਲਾ ਟੈਂਪਰੇਚਰ ਹੋਣਾ ਚਾਹੀਦਾ ਵਾ 16 ਤੋਂ 17 ਤੇ ਇਸ ਹਾਂਜੀ ਤੇ ਹੁਣ ਤੁਹਾਨੂੰ ਦਿਖਾਉਨੇ ਆ ਆਗਣਾ ਜੀ ਇੱਕ ਮਿੰਟ ਇਹ ਚ ਟੈਂਪਰੇਚਰ ਠੀਕ ਹੈ ਆ ਜੀ ਟੈਂਪਰੇਚਰ ਮੀਟਰ ਜਿਹੜਾ ਕਿ ਬੈਗਾਂ ਦੇ ਅੰਦਰ ਦਾ ਚੈੱਕ ਕਰਦਾ ਵਾ థਰਮੋਮੀਟਰ ਇਸ ਟਾਈਮ ਇਹਦੇ ਚ ਟੈਂਪਰੇਚਰ ਆ ਜੀ ਇਹਦੇ ਚ ਵੀ ਇਸ ਟਾਈਮ ਉਹੀ 10 11 ਟੈਂਪਰੇਚਰ ਆ ਤੇ ਹੁਣ ਆਪਾਂ ਤਕਰੀਬਨ ਇੱਕ ਬੈਗ ਦੇ ਵਿੱਚ ਲਾ ਕੇ ਦਿਖਾਉਨੇ ਆ ਤੁਹਾਨੂੰ ਕਿੰਨਾ ਟੈਂਪਰੇਚਰ ਬੈਗ ਦੇ ਅੰਦਰ ਦਾ Nada.